ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਡੈਮੋਕਰੇਸੀ ਦੀਆਂ ਸਾਰੀਆਂ ਕਦਰਾਂ ਕੀਮਤਾਂ ਛਿੱਕੇ ਤੇ ਟਾਂਕੇ। ਇੱਥੋਂ ਤੱਕ ਕਿ ਜਿਹੜਾ DSP ਆ ਗੁਰਦੀਪ ਸਿੰਘ, ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਭੁਗਤਿਆ। ਉਹਦੀ ਸ਼ਹਿ ਦੇ ਉੱਤੇ ਉਹਦੇ ਨਾਲ MLA ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਵਿਉਂਤ ਬਣਾਈ ਆ। ਹੱਥੇ ਕਾਂਗਰਸੀਆਂ ਨੂੰ ਘੇਰ ਕੇ ਪੱਥਰਾਂ ਗੋਲੀਆਂ ਨਾਲ ਫੱਟੜ ਕੀਤਾ। ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਿਆ ਵੇਖਿਆ ਨਹੀਂ ਜਾ ਰਿਹਾ, ਪੀੜਾ ਨਹੀਂ ਵੇਖੀ ਜਾ ਰਹੀ। ਮੈਂ ਤਾਂ DSP ਨੂੰ ਇੱਕ ਗੱਲ ਯਾਦ ਦੱਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ, ਕੁਲਬੀਰ ਭੁੱਲ ਵੀ ਸਕਦਾ, ਕੁਲਬੀਰ ਮਾਫ਼ ਵੀ ਕਰ ਸਕਦਾ, ਪਰ ਮੈਂ ਨਾ ਭੁੱਲਣਾ ਨਾ ਮਾਫ਼ ਕਰਨਾ। ਮੈਂ ਆਪ ਬੰਦਈ ਬਣੂੰਗਾ, ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ, ਇੱਕ ਉਹਨੂੰ ਵੇਖ ਕੇ ਡਰਿਆ ਕਰਨਗੇ ਜਿਹੜੇ ਗਲਤ ਕੰਮ ਕਰਨ ਵਾਲੇ। ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ, ਅਸੀਂ ਇੱਥੇ ਰਹਿਣਾ, ਤੁਸੀਂ ਬਦਲ ਜਾਣਾ, ਪਰ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ, ਜਿਹੜੇ ਚੌਂਕ ਦੇ ਵਿੱਚ ਇਹ ਵਾਕਿਆ ਹੋਇਆ ਉਸ ਚੌਂਕ 'ਚ ਤੁਹਾਨੂੰ ਨਾ ਰੱਸੀ ਨਾ ਬੰਨ ਕੇ ਲਿਆ ਕੇ ਉਹ ਤੁਹਾਨੂੰ ਉੱਥੇ ਸਜ਼ਾ ਦੇਵਾਂ। ਜਾਣਗੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ, ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ, ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜੀਰੇ ਆਏਗੀ ਤੇ ਅਸੀਂ ਵੇਖਾਂਗੇ ਇਹਦੀ ਯੁਰਤ ਆ ਕਾਗਜ਼ ਨੂੰ ਰੋਕਣ ਵਾਸਤੇ। ਆਪ ਕਾਗਜ਼ ਦਾਖਲ